ਅਸਲਾਮ ਵਾਲੇਕੁਮ ਦੋਸਤੋ, ਵੈਲਕਮ ਟੂ ਅਨਦਰ ਵਲੋਗ। ਕਰਦੇ ਹਾਂ ਅੱਜ ਦੇ ਵਲੋਗ ਦਾ ਆਗਾਜ਼। ਤੁਸੀਂ ਪਿਛਲੇ ਵਲੋਗ 'ਚ ਦੇਖਿਆ, ਆਪਾਂ ਆਪਣੀ ਕਣਕ ਗਾ ਕੇ ਆਏ ਸੀਗੇ, ਲੇਕਿਨ ਉਸ ਤੋਂ ਬਾਅਦ ਰਾਤ ਬਾਰਿਸ਼ ਆ ਗਈ ਸੀਗੀ। ਬਾਰਿਸ਼ ਤੋਂ ਬਾਅਦ ਥ੍ਰੈਸ਼ਰ ਦੀ ਹਾਲ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੀ ਹੋਈ ਆ। ਅਤੇ ਉਹ ਫਿਰ ਰਾਤੀ ਗਾ ਕੇ ਨਹੀਂ ਆਏ ਸੀਗੇ, ਉਸੇ ਤਰ੍ਹਾਂ ਘਰੋਂ ਵਾਪਸ ਆ ਗਏ ਸੀਗੇ। ਹੁਣ ਜਾਣਾ ਡੇਰੇ ਆਪਣੀ ਕਣਕ ਗਾਉਣ, ਚੱਲਦੇ ਹਾਂ ਸਿੱਧਾ ਡੇਰੇ। ਅਤੇ ਚੈਨਲ 'ਤੇ ਜਿਹੜੇ ਦੋਸਤ ਨਵੇਂ, ਗੁਜ਼ਾਰਿਸ਼ ਆ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਚਾਚਾ ਵੀ ਜਿਆ ਆਏ ਭਰੀਆਂ ਦੱਸੋ, ਭਰੀਆਂ ਠੀਕ ਆ? ਹਾਂਜੀ ਠੀਕ ਆ ਜੀ, ਭਰੀਆਂ ਠੀਕ ਆ ਜੀ। ਆਪਣੀ ਕਣਕ ਆ ਦਾਦੀ ਸਾਡੀ ਦੀ, ਉਹ ਵੀ ਨਾਲ ਦੱਸ ਨਾ। ਹਾਂ ਭਾਈ, ਹੁਣੀ ਆਏ ਇਹਨਾਂ ਦੀ ਕਣਕ ਗਾਉਣ ਆਏ। ਜਿਹਨਾਂ ਦੀ ਗਾਉਣੀ ਉਹ ਬੰਦੇ ਬਾਅਦ ਚ ਆਉਣ ਡੇ ਆ। ਹਵਾ ਵੀ ਅੱਜ ਸਿੱਧੀ ਆਉਣ ਵਾ ਡੇਰੇ ਵੱਲ, ਯਾਨੀ ਜਿਹੜੀ ਵੀ ਤੂੜੀ ਉੱਡਣੀ ਸਾਰੀ ਇੱਧਰ ਜਾਣੀ ਆਪਣੇ ਡੇਰੇ, ਇੱਧਰ ਨੂੰ ਆ ਸਿੱਧੀ ਹਵਾ ਚੱਲ ਰਹੀ। ਉਹ ਭਾਈ ਸਾਹਿਬ ਕਿੱਥੇ ਰਹਿ ਗਏ ਸੀ? ਉਹ ਹਵਾ ਵੀ ਸਿੱਧੀ ਡੇਰੇ ਵੱਲ ਹੀ। ਇੱਥੇ ਜੀ ਆਪਣੀ ਦਾਦੀ ਕਣਕ ਵੱਢਣ ਡਈ ਆ। ਦਾਦੀ ਕਹਿੰਦੀ ਮੈਂ ਵੀ ਇੱਕ ਦਿਹਾੜੀ ਵੱਢਣੀ ਆ, ਇਹਦਾ ਵੈਸੇ ਰੈਪਰ ਨਾ ਵੜਾ ਦੇਣੀ ਸੀ। ਅੱਧੀ ਕਣਕ ਵੱਢਣੀ ਆ ਦੇ ਲੱਗੇ ਆ। ਦਾਦੀ ਕਹਿੰਦੀ ਮੈਂ ਵੀ ਆਪਣਾ ਸ਼ੌਕ ਪੂਰਾ ਕਰਨਾ। ਦਾਦੀ ਕਹਿੰਦੀ ਮੈਂ ਵੀ ਵੱਢਣੀ ਆ ਥੋੜ੍ਹੀ ਕੁ, ਬਾਕੀ ਆਹ ਜਿਹੜੀ ਬਾਜੀ ਵੜਾ ਦੇਣੀ ਸੀਗੀ, ਜਿਹੜੇ ਬੰਦੇ ਉਹ ਵੱਢ ਕੇ ਗਏ ਆ ਨਾ, ਆਹੀ ਉਹ ਵੱਢ ਕੇ ਗਏ ਉਹ ਕਣਕ। ਇਸ ਤੋਂ ਬਾਅਦ ਆਪਾਂ ਉਹ ਅੱਗੇ ਜਾਣਾ ਵਾ, ਉਹ ਵੀ ਵੀਘਾ ਇੱਕ ਆ, ਉਹ ਹੋਣੀ ਉਹ ਵੀ ਤਾਏ ਉਹਨਾਂ ਦੀ ਇਹਨਾਂ ਦੀ। ਦਾਦੀ ਬੱਸ ਕਰ, ਬਸ ਠੀਕ ਹੈ। ਹੈਲਪ ਕਰਾ ਰਿਹਾ ਵਾ, ਹੈਲਪ ਕਰਾਉਣ ਡਿਆ। ਇਹਨੂੰ ਵੀ ਬੜਾ ਸ਼ੌਕ ਆ ਜੀ ਕਣਕ ਵੱਢਣ ਦਾ। ਆਪਣੇ ਪਾਪਾ ਨੂੰ ਕਹਿੰਦਾ ਸਾਰੀ ਕਣਕ ਆਪੇ ਵੀ ਵੱਢਣੀ ਆ, ਬੜਾ ਸ਼ੌਕ ਇਹਨੂੰ। ਇੱਧਰ ਨੂੰ ਦੇਖ ਕਿੰਨਾ ਕੁ ਸ਼ੌਕ ਆ, ਕਹਿੰਦਾ ਨਾਲੇ ਵੀਡੀਓ ਬਣਾ ਨਾਲੇ ਮੇਰੇ ਕਣਕ ਵੱਢਦੇ ਸੀ। ਮੈਂ ਕਿਹਾ ਠੀਕ ਹੋ ਗਿਆ। ਉਹ ਦੱਸ ਕਿੰਨਾ ਕੁ ਸ਼ੌਕ ਆ? ਹਾਂ ਦੋ ਬੰਦੇ ਭਰਨ ਡੇ ਆ।
ਯਾਰ ਇਹ ਕੋ ਭਰੀਆਂ ਨੀ ਬੰਦੇ ਕੋ ਪਹੁੰਚਣ ਨੀ ਆ ਤੇ ਥ੍ਰੈਸ਼ਰ ਹੁਣ ਰੋਕ ਦਿੱਤੀ ਹੈ ਡਰਾਈਵਰ ਦੋ ਰੱਖ ਕੇ ਲੈ ਜਾਣੇ ਆ ਛੋਬ ਵੱਡੇ ਹੁਣ ਜਾ ਰਹੇ ਆ ਮੁਰੱਬੇ ਆ ਛੁੱਭ ਦੇ ਕੇ ਆਉਣੇ ਕਿਉਂਕਿ ਆਪਣੀ ਜਿਹੜੀ ਕਣਕ ਵੱਢ ਹੋਣ ਦੀ ਆ ਨਾ ਉੱਥੇ ਦੇ ਕੇ ਆਉਣੇ ਆ ਬਾਅਦ 'ਚ ਜਾਣਾ ਥ੍ਰੈਸ਼ਰ ਵਾਲਾ ਥ੍ਰੈਸ਼ਰ ਆਪਾਂ ਉਹ ਡੇਰੇ ਲਏ ਸੀਗੇ ਉੱਥੇ ਪੱਟ ਕੇ ਲਿਆਏ ਸੀਗੇ ਅਤੇ ਥ੍ਰੈਸ਼ਰ ਹੁਣ ਆਪਣੀ ਉੱਧਰ ਬਾਈਪਾਸ 'ਤੇ ਲੱਗੀ ਉੱਧਰ ਵੀ ਜਾਂਦੇ ਹਾਂ ਕਿਉਂਕਿ ਬੱਦਲ ਹੋਇਆ ਵਾ ਕਾਫੀ ਜ਼ਿਆਦਾ ਬਾਰਿਸ਼ ਦੱਸੀ ਅੱਜ ਵੀ ਰਾਤੀ ਵੀ ਬਾਰਿਸ਼ ਹੋ ਗਈ ਸਾਡੀ ਸੀਗੀ ਅਤੇ ਅੱਜ ਵੀ ਦੱਸੀ ਇੱਥੇ ਆਪਾਂ ਕੱਲ੍ਹ ਕਣਕ ਗਾ ਕੇ ਗਏ ਹਾਂ ਉਹ ਲੱਗੀ ਆ ਧਾੜ ਅਗਲੇ ਬਣਾ ਕੇ ਚੱਲ ਗਏ ਸੀਗੇ ਆਹ ਕਣਕ ਵੀ ਹੁਣ ਆਪਣੀ ਬਿਲਕੁਲ ਤਿਆਰ ਆ ਪੱਕੀ ਕਿਉਂਕਿ ਛੁੱਭ ਲਿਆਂਦੇ ਇੱਥੇ ਦੋ ਦੇਖੋ ਜੀ ਕੱਲ੍ਹ ਉੱਥੇ ਲਾਈ ਸੀ ਕੀ ਆ ਘੜੀ ਵੱਢ ਹੋ ਜਾਣੀ ਆ ਵੱਢ ਕੇ ਤਕਰੀਬਨ ਹੁਣ 7-8 ਦਿਨ ਅਟਕ ਕੇ ਨਾ ਇਹ ਗਾਉਣੀ ਆ ਇੱਥੇ ਆ ਗਏ ਆ ਹਲੋ ਰੱਖ ਲਓ ਫਿਰ ਟਰੈਕਟਰ ਚੱਲਣ ਲਈ ਆ ਬਾਈਪਾਸ ਦੇ ਨਾਲ ਉਹ ਸਾਹਮਣੇ ਪੋਲ ਆ ਬਾਕੀ ਜੀ ਇੱਥੇ ਸ਼ਾਮ ਦਾ ਟਾਈਮ ਆ ਅਤੇ ਇੱਕ ਪੇੜ ਇਹਨਾਂ ਨੂੰ ਨਾ ਹੋਰ ਲਿਆ ਕੇ ਦਿੱਤੇ ਛੁੱਭ ਅਤੇ ਇੱਕ ਦੇ ਵਿੱਚ 100 ਹੁੰਦਾ ਯਾਨੀ ਸੁਬਹਾ ਦੇ ਆਪਾਂ ਇਹਨਾਂ ਨੂੰ 300 ਛੁੱਭ ਲਿਆ ਤਾ ਯਾਨੀ ਇੱਕ ਦਿਹਾੜੀ 300 ਭਰੀ ਇਹਨਾਂ ਨੇ ਪਾਉਣੀ ਆ ਸੁਬਹਾ 2 ਲਿਆ ਕੇ ਦਿੱਤੇ ਆ ਅਤੇ ਇੱਕ ਹੋਰ ਲਿਆ ਤਾ ਵਾ ਉਹ ਸਾਹਮਣੇ ਲੱਗੇ ਕਣਕ ਆਪਣੀ ਵੱਢ ਹੋ ਜਾਣੀ ਕੱਲ੍ਹ ਆਹ ਜਿਹੜੀ ਗਾ ਕੇ ਗਏ ਸੀਗੇ ਚਲੋ ਆਹ ਵੀ ਸ਼ਾਨ ਚਲੀਏ ਬਾਕੀ ਜੀ ਆਹ ਬੋਰੇ ਜਿਹੜੇ ਕੱਲ੍ਹ ਦੇ ਲਿਆ ਕੇ ਰੱਖੇ ਇੰਨੇ 100 ਅਤੇ 18-19 ਬੋਰੇ ਆ ਉਹ ਪਿਆ ਇੱਕ ਬਾਕੀ ਦੇ ਆਹ ਲੈ ਕੇ ਰੱਖੇ ਜਿਹੜੇ ਦੁਬਾਰਾ ਹੁਣ ਇੱਦਾਂ ਇਹਨਾਂ ਦੇ ਅੱਗੇ ਲੈਣ ਲੱਗ ਜਾਣੀ ਇੱਥੇ ਆਹ ਥੱਲੇ ਛਾਪਰ ਰੱਖਿਆ ਵਾ ਬਾਕੀ ਜੀ ਸ਼ਾਮ ਦਾ ਟਾਈਮ ਹੋ ਗਿਆ ਵਾ ਅਤੇ ਥ੍ਰੈਸ਼ਰ ਵਾਲੇ ਗਏ ਸੀਗੇ ਲੇਕਿਨ ਉੱਥੇ ਮੈਨੂੰ ਹੁਣ ਬਾਅਦ 'ਚ ਵੀਡੀਓ ਬਣਾਉਣ ਦਾ ਚੇਤਾ ਨਹੀਂ ਰਿਹਾ ਹੁਣ ਉੱਥੋਂ ਹੀ ਆਏ ਹਾਂ
ਇੱਥੇ ਆਪਣੇ ਮੁਰੱਬੇ ਕਹੋਗੇ ਕਣਕ ਵੱਢ ਹੋ ਗਈ, ਰੋਜ਼ਾਨਾ ਭਰੀਆਂ ਗਿਣ ਲਈ ਦੀਆਂ ਕਿ ਕਿੰਨੀਆਂ ਵੱਢ ਹੋਈਆਂ। ਅੱਜ ਬੇਸਿਕਲੀ 300 ਭਰੀ ਇਹਨਾਂ ਨੇ ਪਾਈ ਆ। ਅਤੇ ਇੱਧਰ ਆਪਣਾ ਗਾਚਾ ਵਾ ਜਿਹੜਾ ਆਪਾਂ ਬੀਜਿਆ ਵਾ ਕਮਾਦ ਦੇ ਵਿੱਚ। ਅਤੇ ਆਹ ਆਪਣੀ ਸਾਰੀ ਟੋਟਲੀ ਕਣਕ ਆ, ਇੱਕ ਆ ਉੱਧਰ ਵਾਲੀ ਲੈਣ ਫਿਰ ਉਸ ਤੋਂ ਪਰੇ ਆ ਜਿੰਨੀ ਵੀ ਸਾਰੀ ਵੱਢ ਹੋਈ ਟੋਟਲੀ। ਬਾਕੀ ਕਹਿੰਦੇ ਆ ਕੱਲ੍ਹ ਦੀ ਦਿਹਾੜੀ ਆ, ਪਰਸੋਂ ਨੂੰ ਵੱਢ ਹੋ ਜਾਣੀ ਸਾਰੀ। ਅਤੇ ਲੇਕਿਨ ਆਪਾਂ ਇਹ ਗਾਉਣੀ ਆ ਤਕਰੀਬਨ 4-5 ਦਿਨ ਅਟਕ ਕੇ ਗਾਹ ਹੋਣੀ ਆ, ਕਿਉਂਕਿ ਹਜੇ ਹੋਰ ਲੋਕਾਂ ਨੂੰ ਟਾਈਮ ਦਿੱਤੇ ਆ ਅਤੇ ਉਹਨਾਂ ਦੀ ਗਾਉਣੀ ਆ। ਬਾਕੀ ਹੁਣ ਭਰੀਆਂ ਸਰੀਆਂ ਗਿਣਦੇ ਹਾਂ, ਅੱਜ ਦੀ ਸੂਰਤ ਹਾਲ ਕੀ ਆ, ਫਿਰ ਤੁਹਾਨੂੰ ਮਿਲਦੇ ਹਾਂ ਬਾਅਦ 'ਚੋਂ। ਬਾਕੀ ਅਸੀਂ ਆਏ ਸੀਗੇ ਉੱਧਰ, ਗਏ ਅੱਜ ਗਾਉਣ 2.5 ਕਿੱਲੇ ਸੀਗੇ, 12 ਵਜੇ। ਉਹ ਉਮਰ ਹੁਣਾਂ ਦੇ ਬਾਕੀ ਜੀ ਹੁਣ ਚੱਲੇ ਹਾਂ ਘਰ ਨੂੰ, ਭਰੀਆਂ ਪਈਆਂ ਗਿਣਨੀਆਂ ਹੈ। ਹਾਂ ਕਿੱਥੇ ਸਿਰ 'ਤੇ ਉਹ ਇੱਥੇ ਮੋਢਿਆਂ 'ਤੇ ਛੁਕਾ ਇੱਧਰ। ਡੀਜ਼ਲ ਦੇ ਦਿੱਤਾ ਅਤੇ ਅੱਬੂ ਵੀ ਗਏ ਸੀ ਘਰ ਨੂੰ, ਉਹ ਵੀ ਆ ਗਏ ਆ। ਹੁਣ ਆਪਾਂ ਚੱਲਦੇ ਸੀ ਤਾਂ ਘਰ ਨੂੰ ਲੋਕ ਇੱਥੇ